कनेडा पुलिस दीआं गल्लां एवें नहीं हुंदीआं वी किते ना किते वड्डी नहीं चलदी। हुण फिर एक पुलिस वाले की वीडियो सामने आई है जो उदू बाद उहने कहिंदे चलान कट्टना सीगा। दूजे पासों एक कार जिहड़ी जा रही हुंदी है उह शायद हुण अनबैलेंस हुंदी है, ब्रेक फेल हुंदा, की हुंदा इह तां रब जाणदा है। पर इस तरीके दे नाल उह पुलिस वाले वाले पासे आ रही सी जिथे उह चलान कट्ट रिहा सीगा। गल उदों पता लगी जदों पुलिस वाले ने अजीत जी खड़ा होया लीड़े लुड़े झाड़े ते मार के शार्ट ग्रिल दे दूजे पासे ते छोनू कहिंदा चलान तां फिर भी कट्टना, कहिंदा मैं तेरा पुलिस वाला घूम के उत्थे चला गया। अंदरले पासे इस गड्डी चो कोई बंदा नहीं निकलिया जी, इह भी इक बड़ी हैरानी वाली गल, उह सही सी जां किवें है? ਇਹ ਪੁਲਿਸ ਵਾਲੇ ਜਦੋਂ ਰੋਕਦੇ ਆ ਨਾ ਇੱਥੋਂ ਦਾ ਲਾਭ ਆ ਕਿ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਹਾਂਜੀ ਉਹ ਵੀਰ ਜੀ, ਇੱਥੇ ਇਹ ਗੱਲ ਆ ਵੀ ਇੱਥੇ ਪੁਲਿਸ ਵਾਲਾ ਆਪ ਚੱਲ ਕੇ ਆਉਂਦਾ, ਉਹ ਡਰਾਈਵਰ ਨਹੀਂ ਵਿੱਚੋਂ ਗੱਡੀ ਦੇ ਨਿਕਲ ਸਕਦਾ। ਗੱਡੀ ਦੇ ਵਿੱਚ ਹੀ ਜੇ ਤੁਹਾਨੂੰ ਰੋਕਿਆ ਤੇ ਗੱਡੀ ਦੇ ਵਿੱਚ ਹੀ ਰਹਿਣਾ ਹੁੰਦਾ, ਤੁਸੀਂ ਬਾਹਰ ਨਹੀਂ ਆ ਸਕਦੇ। ਅਮਰੀਕਾ ਦਾ ਲਾ ਆ ਨਾ ਤੁਸੀਂ ਜਦ ਤੁਹਾਨੂੰ ਪੁਲਿਸ ਰੋਕਦੀ ਆ कनेडा पुलिस दी, कनेडा पुलिस दीआं गल्लां एवें नहीं हुंदीआं गीआं जां उत्थों दे सारे प्रशासन दीआं। एक तां उह कॉम्प्रोमाइज़ बिल्कुल नहीं करदे गे, चाहे उह अगले पासे कोई चोर होवे, चोर भज्जे जिन्ना मर्जी, हैलीकॉप्टर भी पिछे लाउंदे आ, तेल भी साड़दे आ, पर आखिरकार उहनूं फड़ लैंदे आ। वी किते ना किते वड्डी शब्द उत्थे जिहड़ा हैगा वड्डी नहीं चलदी। हुण फिर एक पुलिस वाले दी वीडियो सामने आई है जिस दे विच कोई बंदा कार चला रहा सीगा ते उदू बाद वो साइड ते ला के उहदे नाल गल्लबात करके उदू बाद उहने कहिंदे चलान कट्टना सीगा। पर दूजे पास्यों हादसा किते भी वापर सकदा है, दूजे पास्यों एक कार जिहड़ी जा रही हुंदी है वो शायद हुण अनबैलेंस हुंदी है, ब्रेक फेल हुंदा, की हुंदा इह तां रब जाणदा है। पर इस तरीके दे नाल उह पुलिस वाले वाले पासे आ रही सी जिथे उह चलान कट्ट रहा सीगा ते उदू बाद आ के फिर उह विच वजदी है ते ਉਹੀ ਗੱਲ ਆ ਵੀ ਵਧੀ ਨੂੰ 100 ਢੋ ਹੁੰਦੇ ਆ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਉਦੋਂ ਪਤਾ ਲੱਗੀ ਜਦੋਂ ਪੁਲਿਸ ਵਾਲੇ ਨੇ ਅਜੀਤ ਜੀ ਖੜਾ ਹੋਇਆ ਲੀੜੇ ਲੁੜੇ ਝਾੜੇ ਤੇ ਮਾਰ ਕੇ ਸ਼ਾਟ ਗ੍ਰਿਲ ਦੇ ਦੂਜੇ ਪਾਸੇ ਤੇ ਛੋਣ ਕਹਿੰਦਾ ਚਲਾਣ ਤਾਂ ਫਿਰ ਵੀ ਕੱਟਣਾ, ਕਹਿੰਦਾ ਮੈਂ ਤੇਰਾ। ਬਿਲਕੁਲ ਦੇਖੋ ਹੈਰਾਨ ਕੌਣ ਘਟਨਾ, ਇੱਕ ਕੈਸ ਟ੍ਰੈਫਿਕ ਸਟਾਪ ਹੈ ਇਹ ਜੀ ਜੀ, ਅਮਰੀਕਾ ਦੇ ਵਰਜੀਨੀਆ ਸੂਬੇ ਦੇ ਵਿੱਚ ਜੇ ਗੱਲ ਕੀਤੀ ਜਾਵੇ। ਰਾਹ ਦੇ ਵਿੱਚ ਕਿਸੇ ਦੀ ਕਹਿ ਸਕਦੇ ਆ ਡਰਾਈਵਿੰਗ ਠੀਕ ਨਹੀਂ ਹੁੰਦੀ, ਕਿਸੇ ਦੀ ਸਪੀਡ ਵੱਧ ਘੱਟ ਹੁੰਦੀ ਹੈ ਜੀ, ਤੇ ਉਹਨਾਂ ਹਾਲਾਤ ਦੇ ਵਿੱਚ ਜਿਹੜੇ ਪੈਟਰੋਲਿੰਗ ਆਫੀਸਰਸ ਨੇ ਹਮੇਸ਼ਾ ਮੁਸਤੈਦ ਰਹਿੰਦੇ ਨੇ। ਬਿਲਕੁਲ, ਤੇ ਇੱਥੇ ਵੀ ਪੈਟਰੋਲਿੰਗ ਆਫੀਸਰ ਪੂਰਾ ਕਹਿ ਸਕਦੇ ਆ ਮੁਸਤੈਦੀ ਦੇ ਨਾਲ ਨਿਗਰਾਨੀ ਕਰ ਰਹੇ ਸੀ ਤੇ ਇੱਕ ਗੱਡੀ ਰੋਕ ਲਈ, ਉਹਦੇ ਨਾਲ ਹਲੇ ਗੱਲਬਾਤ ਚੱਲ ਹੀ ਰਹੀ ਸੀ ਜੀ ਜੀ, ਤੇ ਪਰਲੇ ਪਾਸਿਓਂ 120 ਮੀਲ ਪ੍ਰਤੀ ਘੰਟਾ ਬਹੁਤ ਤੇਜ਼ ਜੀ, ਮਤਲਬ 150 ਕਿਲੋਮੀਟਰ ਪਲੱਸ ਜਿਹੜੀ ਹੈ ਸਪੀਡ ਹੋ ਗਈ ਇਹ 120 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੱਕ ਗੱਡੀ ਬੇਕਾਬੂ ਹੋ ਗਈ ਜੀ। ਤੇ ਫਿਰ ਜਦੋਂ ਗੱਡੀ ਬੇਕਾਬੂ ਹੋ ਗਈ ਫਿਰ ਤਾਂ ਕੋਈ ਕੁਝ ਕਰ ਹੀ ਨਹੀਂ ਸਕਦਾ, ਫਿਰ ਤਾਂ ਕਹਿ ਸਕਦੇ ਹਾਂ ਕਿ ਰੱਬ ਦੇ ਹੱਥ ਹੀ ਹੈ ਸਭ ਕੁਝ। ਤੇ ਪੁਲਿਸ ਵਾਲੇ ਹਾਲਾਂਕਿ ਕਰੂਜ਼ਰ ਹਲੇ ਪਿੱਛੇ ਖੜੀ ਸੀ, ਪਰ ਜਿਹੜੀ ਗੱਡੀ ਨੂੰ ਉਹਨਾਂ ਨੇ ਰੋਕਿਆ ਹੋਇਆ ਸੀ ਉੱਥੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਇੱਕ ਗੱਡੀ ਲੰਘੀ ਆ ਜੀ ਜੀ, ਬਿਲਕੁਲ ਕੁਝ ਇੰਚਾਂ ਦੇ ਫਰਕ ਤੇ ਜਿਹੜਾ ਦੇਖਿਆ ਜਾ ਸਕਦਾ ਹੈ ਕਿ ਇੱਕ ਇਧਰੋਂ ਵੀ ਗੱਡੀਆਂ ਲੰਘ ਰਹੀਆਂ ਨੇ, ਟ੍ਰੈਫਿਕ ਲੰਘ ਰਿਹਾ, ਪਰ ਇੱਕ ਪਰਲੇ ਪਾਸਿਓਂ ਜਿੱਧਰੋਂ ਬਿਲਕੁਲ ਬਹੁਤ ਹੀ ਕਿਸਮਤ ਤੇਜ਼ ਰਹੀ ਜਿਹੜੀ, ਬਿਲਕੁਲ ਉਹ ਬਚ ਗਿਆ, ਨਹੀਂ ਤਾਂ ਉਹ ਵੀ ਲਪੇਟਿਆ ਜਾਣਾ ਸੀ। ਇੱਥੇ ਪੁਲਿਸ ਵਾਲੇ ਦੀ ਵੀ ਕਹਿ ਸਕਦੇ ਹਾਂ ਕਿ ਬੜੇ ਮੁਸ਼ਕਲ ਦੇ ਨਾਲ ਬਚੇ ਨੇ। ਪਰ ਵਰਜੀਨੀਆ ਦੀ ਫੇਅਰਫੈਕਸ ਕਾਉਂਟੀ ਦੀ ਇਹ ਵੀਡੀਓ ਹੈ ਜਿਹੜੀ ਪੁਲਿਸ ਵੱਲੋਂ ਹੀ ਹਾਲਾਂਕਿ ਜਾਰੀ ਕੀਤੀ ਗਈ ਹੈ, ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਘਟਨਾਕ੍ਰਮ ਵਾਪਰਿਆ। ਤੇ ਜੇ ਗੱਲ ਕੀਤੀ ਜਾਵੇ ਕਾਲੇ ਰੰਗ ਦੀ ਜਿਹੜੀ ਹੈਗੀ ਬੇਕਾਬੂ ਕਾਰ, ਤੁਸੀਂ ਦੇਖ ਸਕਦੇ ਹੋ ਕਿ ਉਹ ਪਰਲੇ ਪਾਸੇ ਹਾਈਵੇ, ਇੱਕ ਹਾਈਵੇ ਦਾ ਇੱਕ ਪਾਸਾ ਇੱਧਰ ਹੈ ਜੀ ਜੀ, ਤੇ ਵਿਚਾਲੇ ਕਾਫੀ ਵੱਡਾ ਗੈਪ ਹੈ, ਉਸ ਤੇ ਪਰਲੇ ਪਾਸੇ ਉਹ ਕਾਰਾਂ ਆ ਰਹੀਆਂ ਨੇ, ਆਉਣ ਦਾ ਰਸਤਾ ਪਰਲੇ ਪਾਸੇ ਹੈ। ਤੇ ਇੱਧਰਲੇ ਪਾਸੇ ਜਦੋਂ ਇੱਕ ਟ੍ਰੈਫਿਕ ਸਟਾਪ ਪੁਲਿਸ ਵਾਲੇ ਰੁਕਦੇ ਨੇ ਤੇ ਅਚਾਨਕ ਗੱਲਬਾਤ ਹੁੰਦੀ ਆ ਉਸ ਬੰਦੇ ਦੇ ਨਾਲ, ਤੇ ਅਚਾਨਕ ਇਹ ਘਟਨਾਕ੍ਰਮ ਵਾਪਰ ਜਾਂਦਾ। 17 ਸਾਲ ਦਾ ਮੁੰਡਾ, ਹੁਣ ਤੁਸੀਂ ਦੇਖੋ ਜਿਹੜਾ ਚਲਾ ਰਿਹਾ ਸੀ ਗੱਡੀ, ਬਿਲਕੁਲ ਹਾਂ, ਜਿਹਦੀ ਬੇਕਾਬੂ ਹੋਈ ਆ, 17 ਸਾਲ ਦਾ ਸੀਗਾ, ਤੇ ਜਾਨਲੇਵਾ ਕਹਿ ਸਕਦੇ ਹਾਂ ਕਿ ਕ੍ਰੈਸ਼ ਹੋ ਸਕਦਾ ਸੀ, ਪਰ ਇੱਥੇ ਚਲੋ ਕਹਿ ਸਕਦੇ ਹਾਂ ਜਾਨੀ ਨੁਕਸਾਨ ਤੋਂ ਜ਼ਰੂਰ ਬਚਾ ਰਿਹਾ ਜੀ। ਫੇਅਰਫੈਕਸ ਕਾਉਂਟੀ ਦੇ ਪਾਰਕਵੇ ਬ੍ਰੈਡੋਕ ਰੋਡ ਤੇ ਇਹ ਘਟਨਾਕ੍ਰਮ ਸਾਹਮਣੇ ਆਇਆ ਜੀ, ਤੇ ਜੇ ਆਪਾਂ ਕਹਿ ਸਕਦੇ ਹਾਂ ਕਿ ਉਸ ਬੱਚੇ ਦੀ ਜਾਂ ਅਲਰਟ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਦੇ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ। ਅੱਛਾ ਜੀ, ਚਲੋ ਬਚਾ ਰਹਿ ਗਿਆ, ਸਭ ਤੋਂ ਵੱਡੀ ਗੱਲ ਇਹ ਹੈ। ਤੇ ਇੱਕ ਹੋਰ ਵੀ ਗੱਲ ਜੀ ਇੱਥੇ ਸਮਝਾਓ, ਜਿਵੇਂ ਹੁਣ ਇਹ ਹਾਈਵੇ ਹੈਗੇ ਆ 150 ਦੀ ਆਪਾਂ
स्पीड जी है जो जो दसी गई है पुलिस के मुताबिक आप बोल रहे हैं, पर विचले पास जो गैप हैगा ये इस तरीके ही उधर खाली रहिंदा जी। जिवें हाईवे की गल की जाए तो इधरले पास एक डिवडर जहा बना दिता जाता है, दरख्त भी ला दिते जाते, आप दर्शक भी ये जो कोई राय रखनी चाहते हैं उन्होंने ज्यादा पता होगा। जे वो विच कोई चीज़ होंगी तो थोड़ा जहा इस तरीके अगे तो भी बचा हो सकता, क्योंकि हुण इन्हें तो जेकर जिवें आ कार एक इंच के फर्क नाल रहेगी इहदा भी नुकसान हो सकता सीगा। बिल्कुल देखो समस्या यह है कि अमरीका वर्गे मुल्क दे विच जिहड़ा कि इंडिया तो अप्रोक्सीमेटली डबल है जी जी, तो सड़कों का जाल है जिहड़ा इंफ्रास्ट्रक्चर की लंबाई बहुत ज्यादा जी जी, हर थां ते जे उत्थे इह कह सकदे आ कि सड़कां मखमली मखमली ने, इन्ना ही बहुत है। इहदा हुण बंदे ते भी कंट्रोल निर्भर करदा जिहड़ा विच फासला डिवाइडर हैगा इक, ਉਹ ਤੁਸੀਂ ਦੇਖੋ ਫਾਸਲਾ ਹੀ ਬਹੁਤ ਜ਼ਿਆਦਾ ਹੈ। ਜੇ ਮਾੜੀ ਮੋਟੀ ਗੱਡੀ ਸਕਿੱਡ ਵੀ ਕਰਦੀ ਹੈ ਤਾਂ ਉਸ ਘਾਹ ਦੇ ਇਲਾਕੇ ਦੇ ਵਿੱਚ ਈਜ਼ੀਲੀ ਰੁਕ ਸਕਦੀ ਹੈ, ਪਰ ਇਹ ਤਾਂ ਵਾਕਈ 120 ਮੀਲ ਆਪਾਂ ਕਹਾਂਗੇ 150 ਕਿਲੋਮੀਟਰ ਪਲੱਸ, ਤੇ ਜਦੋਂ ਫਿਰ ਗੱਡੀ ਸਕਿੱਡ ਕਰਦੀ ਹੈ ਤਾਂ ਫਿਰ ਉਹਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ, ਉਹ ਤਾਂ ਆਪਣੇ ਆਪ ਕਿਸੇ ਦੇ ਵਿੱਚ ਜਦੋਂ ਟੱਕਰ ਵੱਜੂਗੀ ਫੇਰ ਹੀ ਰੁਕੂਗੀ ਜੀ। ਤੇ ਇਹ ਬੰਦਾ ਤੁਸੀਂ ਦੇਖੋ ਪੁਲਿਸ ਵਾਲੇ ਤੇ ਬੀਤੀ ਕੀ ਹੋਣੀ ਆ, ਉਹਨੂੰ ਮੌਕੇ ਤੇ ਪਤਾ ਲੱਗ ਗਿਆ ਕਿ ਹਾਂਜੀ ਗੱਡੀ ਘਸੜਦੀ ਆ ਰਹੀ ਹੈ, ਸਕਿੱਡਿੰਗ ਕਰਦੀ ਆ ਰਹੀ ਹੈ, ਤੇ ਬੇਕਾਬੂ ਹੋ ਕੇ ਪਰਲੇ ਪਾਸਿਓਂ ਤੇ ਕਿੱਥੇ ਆ ਕੇ ਉਹ ਵੱਜੀ ਹੈ। ਬਿਲਕੁਲ ਐਨ ਮੌਕੇ ਤੇ, ਹਾਲਾਂਕਿ ਜੇ ਦੇਖਿਆ ਜਾਵੇ ਤਾਂ ਅੱਗੇ ਪਿੱਛੇ ਵੀ ਹਾਦਸਾ ਇਹ ਵਾਪਰ ਸਕਦਾ ਸੀ, ਕੋਈ ਜ਼ਰੂਰੀ ਤਾਂ ਹੈ ਨਹੀਂ ਗਾ ਕਿ ਇਹ ਉਸੇ ਕਾਰ ਦੇ ਨਾਲ ਟਕਰਾਉਣੀ ਸੀ। ਇਹ ਵੀ ਹੈ ਕਿ ਦੇਖੋ ਆ ਜਿਹੜੀ ਬਿਲਕੁਲ ਨੈਰੋ ਐਸਕੇਪ ਰਹਿ ਗਿਆ, ਜਿਹੜੀ ਸਾਹਮਣੇ ਤੋਂ ਗੱਡੀ ਆ ਰਹੀ ਸੀ ਉਹ ਬਚ ਗਈ, ਪਰ ਜਿਹੜੀ ਖੜੀ ਗੱਡੀ ਦੇ ਵਿੱਚ ਇਹ ਹੈ ਜਿਹੜੀ ਬੇਕਾਬੂ ਗੱਡੀ ਜਾ ਵੱਜੀ। ਇੱਕ ਚੀਜ਼ ਹੋਰ ਬੜੀ ਇੱਥੇ ਹੈਰਾਨੀ ਵਾਲੀ ਵਾਪਰੀ ਆ, ਤੁਸੀਂ ਦੇਖੋ ਉਹ ਗੱਡੀ ਆ ਕੇ ਵੱਜੀ ਜਿਹੜੀ ਖੜੀ, ਜਿਹਦਾ ਪੁਲਿਸ ਵਾਲਾ ਪਹਿਲਾਂ ਚਲਾਨ ਕੱਟ ਰਿਹਾ ਸੀ, ਪੁਲਿਸ ਵਾਲਾ ਘੁੰਮ ਕੇ ਉੱਥੇ ਚਲਾ ਗਿਆ, ਅੰਦਰਲੇ ਪਾਸਿਓਂ ਇਸ ਗੱਡੀ 'ਚੋਂ ਕੋਈ ਬੰਦਾ ਨਹੀਂ ਨਿਕਲਿਆ ਜੀ। ਇਹ ਵੀ ਇੱਕ ਬੜੀ ਹੈਰਾਨੀ ਵਾਲੀ ਗੱਲ, ਉਹ ਸਹੀ ਸੀ ਜਾਂ ਕਿਵੇਂ ਹੈ, ਨਹੀਂ ਤਾਂ ਬੰਦਾ ਜਦੋਂ ਐਡੀ ਵੱਡੀ ਟੱਕਰ ਹੁੰਦੀ ਹੈ ਉਦੋਂ ਬਾਅਦ ਗੱਡੀ 'ਚੋਂ ਨਿਕਲ ਕੇ ਬਾਹਰ ਜ਼ਰੂਰ ਆਉਂਦਾ ਹੁੰਦਾ, ਪਰ ਉਹ ਅਗਲਾ ਬੰਦਾ ਆਇਆ ਨਹੀਂ ਜੀ ਗੱਡੀ 'ਚੋਂ ਬਾਹਰ। ਬਿਲਕੁਲ, ਇਹ ਜਿੰਨੀ ਕੁ ਵੀਡੀਓ ਹੈ ਕਿਉਂਕਿ ਬਹੁਤੀ ਲੰਮੀ ਨਹੀਂ ਹੈ, ਇਹ ਟੋਟਲ ਮਸਾਂ 2.25 ਮਿੰਟ ਦੀ ਸੀ ਜਾਂ ਉਸ ਤੋਂ ਵੀ ਸ਼ਾਇਦ ਘੱਟ ਹੀ ਹੈ, ਤੇ ਉਸ ਦੌਰਾਨ ਤਾਂ ਜਿਹੜੇ ਸ਼ੋਅ ਨਹੀਂ ਕੀਤਾ ਗਿਆ ਕਿਉਂਕਿ ਇਹ ਉਹ ਗੱਲਾਂ ਬਾਤਾਂ ਵੀ ਕਰਨ ਲੱਗ ਗਿਆ ਦੁਬਾਰੇ ਪੁਲਿਸ ਵਾਲਾ ਜਾ ਕੇ ਉਹਦੇ ਨਾਲ। ਬਿਲਕੁਲ, ਦੁਬਾਰਾ ਉੱਥੇ ਪਹੁੰਚ ਵੀ ਗਿਆ, ਪਰ ਹੋ ਸਕਦਾ ਕੋਈ ਉਸ ਨੂੰ ਅਜਿਹੀ ਸਮੱਸਿਆ ਹੋਵੇ ਜਾਂ ਤਾਂ ਡਰੰਕ ਹੋਵੇ ਜਾਂ ਕੋਈ ਹੋਰ ਸਮੱਸਿਆ ਆਈ ਹੋਵੇ, ਤੇ ਇਹ ਕਹਿ ਨਹੀਂ ਸਕਦੇ ਕਿ ਬਾਹਰ ਨਿਕਲਣਾ ਹੀ ਮੁਸ਼ਕਲ ਨਾ ਹੋਵੇ। ਹੁਣ